कनाडा में जाकर पढ़ने वाले विद्यार्थियों के लिए अब विदेश में जाकर पढ़ना मुश्किलों भरा होने वाला है, क्योंकि कनाडा सरकार ने कनाडा में आकर पढ़ने वाले विद्यार्थियों के लिए वीज़ा पॉलिसी अब पहले से ज़्यादा सख्त कर दी है और नए नियमों के तहत वीज़ा पॉलिसी में 35% तक कट लगा दिया गया है। पठानकोट से कनाडा पढ़ने जाने वाले विद्यार्थियों की माने तो वो कनाडा सरकार के इस फैसले से बिल्कुल भी खुश नहीं है। विद्यार्थियों का कहना है कि उनके माता पिता पूरी ज़िंदगी की कमाई लगाकर उन्हें जैसे तैसे कनाडा भेजते हैं और कनाडा सरकार को भी उनके द्वारा भेजे पैसों से आमदनी होती है। ऐसे में अब कनाडा के अलावा और किसी देश में पढ़ने के लिए जाना पड़ सकता है। मेरा नाम साइवर है। आप आईएलटीएस कर रहे हैं, कहाँ जाने की प्रिपरेशन कर रहे हैं? अभी तक तो मैंने सोचा था कि कनाडा के लिए, पर जैसे कि उनकी गाइडलाइंस है तो बहुत ही ज़्यादा डिसअपॉइंटिंग है। अभी लगता नहीं है कि वहाँ पे बच्चों के चांसेस हैं। हम लोग इतनी ज़्यादा मेहनत कर रहे हैं फॉरेन जाने के लिए, मे बी इट्स ऑन द बेसिस ऑफ स्टडी और वर्क परमिट। इट्स वेरी वेरी डिसअपॉइंटिंग एंड मुझे लगता है कि इससे ज़्यादा अच्छा है कि आप दूसरी कंट्री के लिए मेहनत कर लो जहाँ के गाइडलाइंस मच बेटर है एज़ कम्पेयर टू कनाडा। मेरा नाम पल्लवी शर्मा है। ਕਿੱਥੇ ਜਾਣ ਲਈ ਪ੍ਰਪੇਅਰ ਕਰ ਰਹੇ ਹੋ? ਮੈਂ ਤਾਂ ਕੈਨੇਡਾ ਜਾਣ ਲਈ ਪ੍ਰਪੇਅਰ ਕੀਤਾ ਸੀ, ਬਟ ਹੁਣ ਜਿਹੜੀ ਉਹਦੀ ਗਾਈਡਲਾਈਨਸ ਆਈ ਹੈ ਉਹ ਤਾਂ ਬਿਲਕੁਲ ਸਹੀ ਨਹੀਂ ਹੈ ਸਾਡੇ ਲਈ, ਕਿਉਂਕਿ ਸਾਡੇ ਪੇਰੈਂਟਸ ਸਾਡੇ 'ਤੇ ਪੈਸਾ ਲਗਾ ਕੇ ਸਾਨੂੰ ਉੱਥੇ ਭੇਜ ਰਹੇ ਹੈ, ਅਤੇ ਅਗਰ ਸਾਨੂੰ ਉੱਥੇ ਜਾ ਕੇ PR ਵੀ ਨਹੀਂ ਮਿਲੇਗੀ ਅਤੇ ਫਿਰ ਅਸੀਂ ਉੱਥੇ ਸੈੱਟ ਤਾਂ ਹੋ ਹੀ ਨਹੀਂ ਸਕਦੇ, ਅਤੇ ਉਹਨਾਂ ਲਈ ਜ਼ਿਆਦਾ ਪਰੇਸ਼ਾਨੀ ਵੱਧ ਜਾਏਗੀ। ਇਸ ਤੋਂ ਤੁਸੀਂ ਸੁਣਿਆ ਹੀ ਹੋਣਾ ਕਿ ਪੰਜਾਬ ਨੂੰ ਕੈਨੇਡਾ ਨੂੰ ਮਿੰਨੀ ਪੰਜਾਬ ਵੀ ਕਹਿੰਦੇ ਆ, ਅਤੇ ਜੇ ਹੁਣ ਪੰਜਾਬੀ ਜਾਣੇ ਬੰਦ ਕਰ ਦੇਣਗੇ ਤਾਂ ਫਿਰ ਤਾਂ ਕੈਨੇਡਾ ਦਾ ਕੋਈ ਔਖਾ ਹੋ ਜਾਣਾ, ਉਹਦਾ ਖੁਦ ਦਾ ਖਰਚਾ ਵੀ ਨਹੀਂ ਚੱਲਣਾ। ਅਤੇ ਇਸ ਕਰਕੇ ਅਸੀਂ ਤਾਂ ਚੇਂਜ ਕਰਤਾ, ਹੁਣ ਮੈਂ ਕੈਨੇਡਾ ਜਾਣ ਦਾ ਬਿਲਕੁਲ ਵੀ ਨਹੀਂ ਸੋਚਾਂਗੀ, ਕਿਤੇ ਹੋਰ ਕੰਟਰੀ ਲਈ ਸ਼ਿਫਟ ਹੋ ਜਾਣਾ। ਕੈਨੇਡੀਅਨ ਗਵਰਨਮੈਂਟ ਨੇ ਜਿਹੜੀ ਹੈ ਨਵੀਂ ਗਾਈਡਲਾਈਨਸ ਜਾਰੀ ਕੀਤੀਆਂ, ਉਹਨੂੰ ਲੈ ਕੇ ਤੁਹਾਡੇ ਜਿਹੜੇ ਆਈਲੈਟਸ ਸੈਂਟਰਸ ਨੇ ਉਹਦੇ ਉੱਤੇ ਕਿੰਨਾ ਪ੍ਰਭਾਵ ਪੈ ਰਿਹਾ? ਸਰ, ਪਿਛਲੇ ਕੁਛ ਦਿਨਾਂ ਤੋਂ ਕੈਨੇਡਾ ਸਰਕਾਰ ਵੱਲੋਂ ਇੱਕ ਸਖਤੀ ਵਾਲਾ ਰੁੱਖ ਅਪਣਾਇਆ ਜਾ ਰਿਹਾ ਇੰਟਰਨੈਸ਼ਨਲ ਸਟੂਡੈਂਟਸ ਲਈ। ਪਿਛਲੇ ਮਹੀਨੇ ਉਹਨਾਂ ਨੇ GIC ਦਾ ਅਮਾਊਂਟ ਇੱਕਦਮ ਡਬਲ ਕਰਤਾ, ਜਿਹਦੇ ਨਾਲ ਇੱਥੇ ਲੋਕਾਂ ਦਾ ਬਜਟ ਕਾਫੀ ਜ਼ਿਆਦਾ ਡਿਸਟਰਬ ਹੋ ਗਿਆ। ਔਰ ਦੇਖਿਆ ਜਾਏ ਤਾਂ ਓਵਰਆਲ ਇਹ ਸਖਤੀ ਨਾਲ ਪ੍ਰਭਾਵ ਬਿਲਕੁਲ ਪਏਗਾ ਜੀ, ਕਿਉਂਕਿ ਬੱਚਿਆਂ ਦੀ ਸਟੱਡੀਜ਼ 'ਤੇ ਵੀ ਸਖਤੀ ਹੋ ਗਈ ਹੈ, ਉਹਨਾਂ ਦੇ ਵਰਕ ਪਰਮਿਟ ਨੂੰ ਵੀ ਲੈ ਕੇ ਕੁਛ ਬਦਲਾਵ ਨਵੇਂ ਆ ਰਹੇ ਨੇ। ਔਰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਇੱਕ ਬਹੁਤ ਅੱਛਾ ਪ੍ਰੋਗਰਾਮ ਸੀ ਜਿਹਦੇ ਅੰਡਰ ਬੱਚਾ ਬੜੇ ਆਰਾਮ ਨਾਲ ਉੱਥੇ ਜਾ ਸਕਦਾ ਸੀ, ਉਹਨਾਂ ਨੇ ਉਸ 'ਤੇ ਵੀ ਲਗਾਮ ਕੱਸਤੀ ਹੈ। ਅਤੇ ਓਵਰਆਲ ਦੇਖਿਆ ਜਾਏ ਤਾਂ ਕੈਨੇਡਾ ਸਰਕਾਰ ਵੱਲੋਂ ਇਹ ਰੁੱਖ ਜਿਹੜਾ ਆ ਇਹ ਨਿੰਦਣੀ ਹੈ, ਔਰ ਮੈਂ ਸਮਝਦਾ ਕਿ ਬੱਚਿਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ, ਸਾਡੇ ਕੋਲ ਹੋਰ ਬਹੁਤ ਆਪਸ਼ਨਸ ਨੇ। ਆਪਾਂ ਜਰਮਨੀ ਦਾ ਬਹੁਤ ਅੱਛਾ ਇੱਕ ਰੁੱਖ ਅਪਣਾਇਆ ਜਾ ਸਕਦਾ, ਯੂਰੋਪੀਅਨ ਕੰਟਰੀਜ਼ 'ਚ ਬਹੁਤ ਵੈਲਕਮ ਕਰ ਰਹੇ ਨੇ ਉਹ, ਲੋਕਾਂ ਨੂੰ ਬੱਚਿਆਂ ਦੇ ਬਹੁਤ ਅੱਛੇ ਵੀਜ਼ੇ ਵੀ ਆ ਰਹੇ ਨੇ। UK ਸਰਕਾਰ ਵੱਲੋਂ ਵੀ ਇੱਕ ਬੜਾ ਈਜ਼ੀ ਅਪਰੋਪਸ਼ਨ ਆਉਂਦੀ ਹੈ, ਆਪਾਂ ਉੱਧਰ ਵੀ ਜਾ ਸਕਦੇ ਹਾਂ। ਸੋ ਓਵਰਆਲ ਮੈਂ ਦੇਖਿਆ ਚਾਹਾਂ ਕਿ ਹਾਲੇ ਥੋੜ੍ਹਾ ਜਿਹਾ ਜਲਦੀ ਹੈ ਸਭ ਕਹਿਣਾ, ਕਿਉਂਕਿ ਹਲੇ ਰੂਲਸ ਕੱਲ੍ਹ ਹੀ ਲਾਗੂ ਹੋਏ ਨੇ, ਅਤੇ 1-2 ਮਹੀਨੇ ਦੇ ਅੰਦਰ ਹਲੇ ਹੋਰ ਵੀ ਅਪਡੇਟਸ ਸਰਕਾਰ ਵੱਲੋਂ ਆਉਣ ਦੀ ਉਮੀਦ ਹੈ। ਅਤੇ ਮੈਂ ਇਹੀ ਸਮਝਾਂਗਾ ਕਿ ਬੱਚਿਆਂ ਨੂੰ ਆਪਣੀ ਡ੍ਰੀਮ ਡੈਸਟੀਨੇਸ਼ਨ 'ਚ ਇੱਕ ਸਿੰਗਲ ਆਪਸ਼ਨ ਲੈ ਕੇ ਨਹੀਂ ਚੱਲਣਾ ਚਾਹੀਦਾ, ਜੇ 2 ਆਪਸ਼ਨ ਮਿਲ ਸਕਦੇ ਆ ਤਾਂ ਬੱਚਾ ਜ਼ਰੂਰ ਕਿਸੇ ਹੋਰ ਆਪਸ਼ਨ 'ਤੇ ਜ਼ਰੂਰ ਜਾਏ। ਸਾਡੀ ਟੀਮ ਨੂੰ ਆ ਕੇ ਸੰਪਰਕ ਕਰ ਸਕਦੇ ਨੇ, ਅਸੀਂ ਅਸੈਸਮੈਂਟ ਕਰਕੇ ਬੱਚੇ ਨੂੰ ਡਿਟੇਲਸ ਵਾਸਤੇ ਡਿਸਕਸ ਕਰ ਸਕਦੇ ਹਾਂ। ਸੋ ਕਿਸੇ ਵੀ ਤਰ੍ਹਾਂ ਦੀ ਘਬਰਾਉਣ 'ਚ ਲੋੜ ਨਹੀਂ, ਮੈਂ ਸਮਝਾਂਗਾ, ਪੂਰੀ ਜ਼ਰਾ ਮਿਹਨਤ ਕੀਜੀਏ ਔਰ ਆਪਾਂ ਜਾ ਕੇ ਕੰਟਰੀ ਨੂੰ ਕੁਛ 4 ਪੈਸੇ ਦੇਣੇ ਹੀ ਆ। ਸੋ ਮੈਂ ਸਮਝਦਾ ਕਿ ਇਕੋਨਮੀ ਨੂੰ ਸਪੋਰਟ ਕਰ ਰਹੇ ਇੰਟਰਨੈਸ਼ਨਲ ਸਟੂਡੈਂਟ ਬਹੁਤ ਜ਼ਿਆਦਾ ਇੰਡੀਆ ਵੱਲੋਂ, ਖਾਸ ਕਰ ਪੰਜਾਬੀ ਦੋਸਤ ਭਰਾ ਸਾਡੇ ਬਹੁਤ ਜ਼ਿਆਦਾ ਮਿਹਨਤ ਕਰਕੇ ਦੂਜੀ ਕੰਟਰੀਆਂ 'ਚ ਇੰਨਾ ਕੰਮ ਕਰ ਰਹੇ ਨੇ, ਅਤੇ ਸਰਕਾਰ ਨੂੰ ਥੋੜ੍ਹਾ ਨਰਮ ਸੁਖ ਰਵੱਈਆ ਅਪਣਾਉਣਾ ਚਾਹੀਦਾ। ਮੈਂ ਇਸ ਗੱਲ 'ਤੇ ਕਰਨ ਚਾਹਾਂਗਾ ਕਿ ਕੋਈ ਘਬਰਾਉਣ ਦੀ ਲੋੜ ਨਹੀਂ, ਪੰਜਾਬ ਦੇ ਇਮੀਗ੍ਰੇਸ਼ਨ ਐਸੋਸੀਏਸ਼ਨ ਸਾਡੇ ਵੱਲੋਂ ਸਾਰੇ ਅਸੀਂ ਬੱਚਿਆਂ ਦੇ ਨਾਲ ਹਾਂ, ਕਿਸੇ ਪਾਸੇ ਕੋਈ ਦਿੱਕਤ ਨਹੀਂ ਹੈ, ਅਸੀਂ ਬੈਠੇ ਹਾਂ ਤੁਹਾਡੀ ਸੇਵਾ 'ਚ, ਜਦੋਂ ਮਰਜ਼ੀ ਆਓ ਅਸੀਂ ਪੂਰੀ ਮਿਹਨਤ ਕਰਾਂਗੇ।
ਧੰਨਵਾਦ। ਨਮਸਕਾਰ। ਦੁਨੀਆ ਦੀ ਬਿਹਤਰੀਨ ਕੈਥ ਲੈਬ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗ ਚ ਅਸਟੈਬਲਿਸ਼ ਹੋ ਗਈ ਹੈ। ਸਿੱਧਾ ਵਾਈਟ ਮੈਡੀਕਲ ਕਾਲਜ ਆਓ, ਇਲਾਜ ਕਰਾਓ। ਸਲਾਹ ਰਿਹਾ ਤੁਹਾਡਾ ਭਰਾ ਤੁਹਾਡੇ ਦੁੱਖ ਸੁੱਖ ਚ ਹਾਜ਼ਰ ਹੈ। ਧੰਨਵਾਦ।